ਬਠਿੰਡਾ ਦੇ ਰਾਮਪੁਰਾ ਫੂਲ ਦੇ ਕੋਲ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਵਿੱਚ ਕੱਲ੍ਹ ਰਾਤ 32 ਸਾਲ ਦੇ ਇੱਕ ਨੌਜਵਾਨ ਪਰਮਿੰਦਰ ਸਿੰਘ ਦੀ ਮੌਤ ਹੋ ਗਈ। ਪਰਮਿੰਦਰ ਸਿੰਘ ਪਿੰਡ ਮਹਾਰਾਜ ਦਾ ਰਹਿਣ ਵਾਲਾ ਸੀ ਅਤੇ ਦੋ ਬੱਚਿਆਂ ਦਾ ਪਿਤਾ ਸੀ। ਦਰਅਸਲ ਥਰਮਲ ਦੇ ਵਿੱਚ ਵੈਲਡਿੰਗ ਦਾ ਉਹ ਕੰਮ ਠੇਕੇ ਦੇ ਉੱਤੇ ਕਈ ਸਾਲਾਂ ਤੋਂ ਕਰਦਾ ਆ ਰਿਹਾ ਸੀ। ਜ਼ਿਕਰਯੋਗ ਹੈ ਕਿ ਪਰਮਿੰਦਰ ਸਿੰਘ ਪਰਮਿਟ ਲੈ ਕੇ ਅੰਦਰ ਕੰਮ ਕਰਨ ਦੇ ਲਈ ਗਿਆ। ਥੋੜ੍ਹੀ ਦੇਰ ਬਾਅਦ ਕਿਸੇ ਨੇ ਪਲਾਂਟ ਨੂੰ ਚਾਲੂ ਕਰ ਦਿੱਤਾ, ਜਿਸ ਕਰਕੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਸਵੇਰੇ ਕਰਮਚਾਰੀਆਂ ਨੇ ਉਸ ਦੀ ਲਾਸ਼ ਨੂੰ ਰੱਖ ਕੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਅਤੇ ਮੁਆਵਜ਼ੇ ਦੀ ਮੰਗ ਵੀ ਕੀਤੀ। ਫਿਲਹਾਲ ਮੌਕੇ ਉੱਤੇ ਪੁਲਿਸ ਵੀ ਪਹੁੰਚੀ, ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਪਹੁੰਚੇ, ਪਰ ਇਸ ਮੌਕੇ ਕਰਮਚਾਰੀਆਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਰਿਹਾ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਰਾਮ ਸਿੰਘ, ਇਹ ਹਾਦਸਾ ਕਿਸ ਤਰ੍ਹਾਂ ਹੋਇਆ? ਰਾਮ ਸਿੰਘ ਜੀ, ਹਾਦਸਾ ਤਾਂ ਜੀ ਇਹਦੇ ਵਿੱਚ ਆਪਣਾ ਇਹ ਪਲਾਂਟ ਜਿਹੜਾ ਸੈੱਟ ਹੁੰਦਾ ਤਾਂ ਚੱਲ ਰਿਹਾ 10 ਤਰੀਕ ਨੂੰ ਲੈ ਕੇ ਜੀ। ਆਪਣੇ ਕੋਲ ਇਹਦਾ ਪਰਮਿਟ ਵੀ ਹੈਗਾ ਮਿਲਦਾ ਜੀ, ਅਤੇ ਜਿਹੜਾ ਇਹ ਮੁੰਡਾ ਕੰਮ ਕਰਦਾ ਸੀ ਇਹਦੇ ਵਿੱਚ ਬਿਲਡਿੰਗ ਦਾ ਕੰਮ ਉਹ ਕਰ ਰਿਹਾ ਸੀ। ਉਦੋਂ ਜਦੋਂ ਇਹ ਹਾਦਸਾ ਹੋਣ ਤੋਂ 15-20 ਮਿੰਟ ਪਹਿਲਾਂ ਆਪਾਂ ਇਹਦਾ ਮੈਸੇਜ ਲਿਖਾਇਆ ਸੀਗਾ ਕਿ ਇਹ ਕੋਲ ਮਿਲ 3A ਵੱਜਦੇ ਵੀ ਇਹਦੇ ਵਿੱਚ ਸਾਡਾ ਬੰਦਾ ਕੰਮ ਕਰ ਰਿਹਾ, ਇਹ ਮਿਲ ਨਾ ਚਲਾਈ ਜਾਵੇ। ਪਰ ਉਦੋਂ 20 ਮਿੰਟਾਂ ਬਾਅਦ ਜਦੋਂ ਬੰਦਾ ਸਾਡਾ ਇਹਦੇ ਵਿੱਚ ਕੰਮ ਕਰਨ ਲੱਗਿਆ, ਉਹਨਾਂ ਨੇ ਉੱਧਰੋਂ ਕਮਾਂਡ ਗਲਤ ਦਿੱਤੀ ਗਈ ਅਤੇ ਜਿਹੜੀ ਮਿਲ ਚੱਲ ਗਈ। ਮਿਲ ਚੱਲਣ ਦੇ ਨਾਲ ਜਿਹੜਾ ਸਾਡਾ ਬੰਦਾ ਸੀਗਾ ਉਹ ਰੂਲਾਂ ਦੇ ਥੱਲੇ ਆ ਕੇ ਉਹਦੇ ਨਾਲ ਦਿੱਤਾ। ਇਹ ਮਿਲ ਦੇ ਵਿੱਚ ਕੀ ਕੰਮ ਹੁੰਦਾ ਜੀ? ਮਿਲ ਦੇ ਵਿੱਚ ਬਿਲਡਿੰਗ ਦਾ ਕੰਮ ਆ ਜੀ, ਪ੍ਰੋਪਰ ਬਿਲਡਿੰਗ ਕਰਦੇ ਜੀ, ਸਾਈਡ ਆਉਣ ਦੇ ਉੱਤੇ ਆਉਂਦਾ ਪਲਾਂਟ ਜੀ। ਅਤੇ ਬਾਕੀ ਇਹਦੇ ਜਿਹੜਾ ਹਾਰਡਵੇਅਰ ਵਗੈਰਾ ਹੋਰ ਇਹਦੇ ਵਿੱਚ ਜਿਹੜਾ ਕੰਮ ਛੋਟਾ ਵੱਡਾ ਉਹ ਸਾਰਾ ਕੰਮ ਉਸ ਟਾਈਮ ਬਿਲਡਿੰਗ ਕਰ ਰਹੇ ਸੀ? ਇਹ ਉਸ ਟਾਈਮ ਬਿਲਡਿੰਗ ਕਰ ਰਹੇ ਸੀ ਜੀ। ਪਰਮਿੰਦਰ ਸਿੰਘ ਜੀ ਪ੍ਰੂਵ ਕਰ ਸਕਦੇ ਆ ਵੀ ਲੈਟਰ ਕੱਢੇ ਜਾਂਦੇ ਆ ਕੰਪਨੀਆਂ ਨੂੰ ਸਿਰਫ ਜਵਾਨੀ ਦਾ? ਇਸ ਮਾਮਲੇ ਤੇ ਵੀ ਲਾਸ਼ ਜੇਦੀ ਬਾਹਰ ਕਢਾਓ ਐ ਤਾਂ ਨਹੀਂ, ਇਹ ਹਜੇ ਤੱਕ ਸਾਡੇ ਸੁਣ ਆਈ ਨਹੀਂ ਹੈ। ਅਫਸਰ ਕੋਈ ਵੀ ਕਿਸੇ ਵੀ ਬੰਦੇ ਨਾਲ ਡੀਲ ਨਹੀਂ ਕਰੀ, ਸਾਰੇ ਅਫਸਰ ਪਾਸੇ ਹੀ ਖੜ ਜਾਂਦੇ ਨੇ। ਕੱਲ ਸੇਫਟੀ ਅਫਸਰ ਸੀਗਾ ਜਿਹੜਾ ਕਹਿ ਰਿਹਾ ਸੀਗਾ ਵੀ ਸਾਨੂੰ ਤੁਹਾਨੂੰ ਸੇਫਟੀਆਂ ਵੀ ਆਪਦਾ ਉਹ ਕਲੀਅਰਿਫਾਈ ਕਰ ਰਿਹਾ ਸੀਗਾ, ਉਹ ਕਹਿ ਰਿਹਾ ਸੀਗਾ ਵੀ ਮੇਰੀ ਹਫ਼ਤੇ 'ਚ ਇੱਕ ਦਿਨ ਡਿਊਟੀ ਇੱਥੇ ਕੱਲ੍ਹ ਸ਼ਾਮ ਨੂੰ, ਅਤੇ ਸੇਫਟੀ ਦੇ ਨਾਂ 'ਤੇ ਵੀ ਸਾਡੇ ਨਾਲ ਮਜ਼ਾਕ ਕੀਤਾ ਜਾਂਦਾ। ਕੋਈ ਵੈਲਫੇਅਰ ਦੋ ਅਫਸਰ ਇੱਥੇ ਵੈਲਫੇਅਰ, ਇੱਕ ਲੇਡੀਜ਼ ਆ ਸੰਗਰੂਰ ਤੋਂ, ਇੱਕ ਇੱਥੋਂ ਦੇ ਲੋਕਲ ਹੀ ਹੈਗੇ, ਕੋਈ ਉਹਨਾਂ ਵੱਲੋਂ ਸਾਡੀ ਕਿਸੇ ਜੀਵਨ ਨਹੀਂ ਧਿਆਨ ਨਹੀਂ ਦਿੱਤਾ ਜਾਂਦਾ। ਉਹਨਾਂ ਨੇ ਸਾਡੇ ਹੱਕਾਂ ਸਾਡੀ ਗੱਲ ਕੀ ਕਰਨੀ ਹੈ, ਉਹ ਕੱਲ੍ਹ ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।